ਜੀ ਅਸਲਾਮ ਵਾਲੇਕੁਮ ਮੈਂ ਆ ਜ਼ੁਹੇਬ ਔਰ ਤੁਸੀਂ ਦੇਖ ਰਹੇ ਹੋ ਐਗਰੀ ਇਨਫੋ ਪਾਕਿਸਤਾਨ ਸੋ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗੰਦਮ ਦੀ ਕਣਕ ਦੀ ਦੂਸਰੀ ਆਪਾਸ਼ੀ ਬਾਰੇ ਔਰ ਇਹਦੀ ਖਾਦ ਬਾਰੇ ਔਰ ਇਹ ਦੂਸਰੀ ਆਪਾਸ਼ੀ ਟਾਈਮ ਤੇ ਕਿੰਨੀ ਜ਼ਰੂਰੀ ਆ ਉਹਦੇ ਟਿਲਰ ਸਾਜ਼ੀ ਲਈ ਉਹਦੇ ਸ਼ੂਫਾ ਸਾਜ਼ੀ ਔਰ ਉਹਦੀ ਗਰੋਥ ਲਈ ਔਰ ਕਿੰਨਾ ਯਕੀਨੀ ਆਪਣੀ ਪੈਦਾਵਾਰ ਵਿੱਚ ਇਜ਼ਾਫਾ ਹੁੰਦਾ ਜੇ ਆਪਾਂ ਉਹਦੀ ਵਰ ਵਕਤ ਜਿਹੜੀ ਆ ਆਪਾਸ਼ੀ ਕਰ ਦਈਏ ਉਕਸਾਨ ਵੀਰੋ ਨਾਈਟrogen ਦੀ ਜਿਹੜੀ ਮਿਕਦਾਰ ਆਪਾਂ ਦੂਸਰੇ ਪਾਣੀ ਤੇ ਤਕਰੀਬਨ ਆਪਾਂ 7 60 ਤੋਂ 70% ਤੱਕ ਆਪਾਂ ਦੀ ਪੂਰੀ ਕਰਨੀ ਚਾਹੀਦੀ ਆਪਾਂ ਨੂੰ। ਔਰ ਦੂਸਰੇ ਪਾਣੀ ਦੇ ਵੀ ਇੱਕ ਬੈਗ ਆਪਾਂ ਯੂਰੀਆ ਦਈਏ। ਅਗਰ ਫਸਲ ਦੇ ਵਿੱਚ ਕੁਝ ਪੈਚਿਸ ਪੀਲੇ ਪੰਦੇ ਹੈ ਯੂਰੀਆ ਪਹਿਲੇ ਪਾਣੀ ਦੇਣ ਤੋਂ ਬਾਅਦ ਫਾਸਫੋਰਸ ਦੇਣ ਤੋਂ ਬਾਅਦ ਆਪਾਂ ਸਰਫਰ ਇਸਤੇਮਾਲ ਕਰਨਾ। ਅਗਰ ਗ੍ਰੋਥ ਰੇਟ ਉਹਦਾ ਠੀਕ ਨਹੀਂ ਟੀਲਰ ਸਾਦੀ ਸ਼ੁਰੂ ਨਹੀਂ ਹੋਈ ਹਜੇ ਤੀਲਾ ਤੀਲਾ ਯਾਨੀ ਕਿ ਤਾਂ ਆਪਾਂ ਜ਼ਿੰਕ ਦਾ ਇਸਤੇਮਾਲ ਵੀ ਕਰ ਸਕਦੇ ਆ। ਔਰ ਤੀਸਰੇ ਪਾਣੀ ਤੇ ਆਪਾਂ ਪੋਟਾਸ਼ ਔਰ ਆਪਾਂ ਗ੍ਰੈਸ 플ੌਟ ਦੀ ਗੱਲ ਕਰੀਏ ਤਾਂ ਮਾਸ਼ਾਅੱਲਾ ਇਹਦੇ ਵਿੱਚ ਨਾ ਸਲਫਰ ਔਰ ਜ਼ਿੰਕ ਦੀ ਜ਼ਰੂਰਤ ਨਹੀਂ ਫਾਸਫੋਰਸ ਪੂਰੀ ਹੋਣ ਤੋਂ ਬਾਅਦ ਆਪਾਂ ਦੂਸਰੇ ਪਾਣੀ ਤੇ ਨੂੰ ਇੱਕ ਬੈਗ ਯੂਰੀਆ ਦੇ ਦਿੱਤਾ ਔਰ ਪਾਣੀ ਲਗਾਤਾ ਠੀਕ 28 ਦਿਨ ਤੋਂ ਬਾਅਦ ਔਰ ਗੰਦਮ ਦੀ ਉਮਰ ਹੋਗੀ 50 ਦਿਨ 10 ਤੋਂ 12 ਇੰਚ ਦਾ ਪੌਦੇ ਵੀ ਹੋ ਗਏ ਆ ਤਕਰੀਬਨ 10 ਇੰਚ ਐਵਰੇਜ ਪੌਦੇ ਦੇ ਜਿਹੜਾ ਕੱਦ ਹੋ ਚੁੱਕਿਆ ਔਰ ਲਾਸ਼ ਗ੍ਰੀਨ ਹੈਗੀ ਹੈ ਔਰ ਪਹਿਲੇ ਪਾਣੀ ਤੋਂ ਬਾਅਦ ਟੇਲਾ ਸਾਦੀ ਸਟਾਰਟ ਹੋ ਜਾਂਦੀ ਹੈ ਅਗਰ ਆਪਾਂ ਦੂਸਰਾ ਪਾਣੀ 28 ਦਿਨ ਦੇ ਅੰਦਰ ਅੰਦਰ ਲਗਾ ਦਿੰਨੇ ਆ ਤੇ ਉਹ ਟਿੱਲਰ ਨੂੰ مزید ਵੜਨ ਦਾ ਔਰ مزید ਟਿੱਲਰ ਬਣਨ ਦਾ سلسلہ ਜਾਰੀ ਰਹਿੰਦਾ ਨਾ ਕਿ ਅਗਰ ਆਪਾਂ 50 ਦਿਨ ਹਲ ਜਾਈਏ ਯੂਟਿਊਬਰਾਂ ਦੇ ਮਗਰ ਲਾ ਕੇ ਤੇ ਆਪਣੀ ਜਿਹੜੀ ਗੰਧਮ ਦਾ ਟਿੱਲਰ ਆ ਉਹ ਛੋਟੇ ਰਹਿ ਜਾਂਦੇ ਐ ਮਾਚੋਰ ਨਹੀਂ ਹੁੰਦੇ ਔਰ ਆਪਣੀ ਜਿਹੜੀ ਗੰਧਮ ਆ ਉਹਦੀ ਫੀ ਏਕੜ ਪੈਦਾਵਾਰ ਵੀ ਯਕੀਨੀ ਤੌਰ ਤੇ ਘਟ ਹੀ ਆਏਗੀ ਸੋ ਇਸ ਕਰਕੇ ਕਿਸਾਨ ਵੀਰੋ ਆਪਣਾ ਵਾਲਾ ਦੂਸਰਾ ਪਾਣੀ ਆ ਸਾਰੇ ਦੋਸਤਾਂ ਨੂੰ ਪਤਾ ਹੁੰਦਾ ਕਿਦੋਂ ਲਗਾਉਣਾ ਫਸਲ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਕਿਉਂਕਿ ਆਪਾਂ ਸਾਰੇ ਕਿਸਾਨ ਜ਼ਿਮੀਦਾਰ ਹਜ਼ਾਰਾਤ ਜਿਹੜੇ ਆ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਖਾਦ ਕਿਦੋਂ ਪਾਉਣੀ ਆ ਲੇਕਿਨ ਆਪਾਂ ਬਾਜ਼ੁਕਾਤ ਕਹਿ ਸਕਦੇ ਆ ਵੀ ਕਿਸੇ ਦੇ ਪਿੱਛੇ ਲੱਗ ਜਾਨੇ ਆ ਜਾਂ ਕਿਸੇ ਦੀ ਗੱਲ ਮੰਨ ਕੇ ਆਪਣੀ ਗੰਦਮਾ ਉਹ ਫਸਲ ਆ ਕੋ ਖਰਾਬ ਕਰ ਲੈਣ ਜਿੱਦਾਂ ਯੂਟਿਊਬਰ ਕਹਿੰਦੇ ਆ YouTube ਚੈਨਲ ਜਿਹੜੇ ਦੋਸਤ ਚਲਾ ਰਹੇ ਆ ਉਹ ਕਹਿੰਦੇ ਆ ਤਿੰਨ ਪਾਣੀ ਤੇ ਗੰਦਮ ਤਿਆਰ ਹੋ ਜਾਂਦੀ ਆ ਜਾਂ ਚਾਰ ਪਾਣੀ ਤੇ ਗੰਦਮ ਤਿਆਰ ਹੋ ਜਾਂਦੀ ਆ ਪਹਿਲਾ ਪਾਣੀ ਤੋਂ ਬਾਅਦ ਆਪਾਂ ਨੂੰ 50 ਦਿਨ ਤੋਂ ਬਾਅਦ ਪਾਣੀ ਲਗਾਉਣਾ ਚਾਹੀਦਾ ਸੋ ਇਹ ਕੁਝ ਇਲਾਕਿਆਂ 'ਚ ਤਾਂ ਹੋ ਸਕਦਾ ਰਾਈਸ ਡੋਨ ਦੇ ਲੇਕਿਨ ਪੰਜਾਬ ਦੇ ਵਿੱਚ ਮੁxtਲਫ ਹਾਲਾਤ ਔਰ ਮੁxtਲਫ ਤਰਾਨੀਆਂ ਜ਼ਮੀਨਾਂ ਇਸ ਕਰਕੇ ਆਪਣੀ ਜਿਹੜੀ ਫਸਲ ਆ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਹੀ ਨਾਲ ਹੀ ਪਾਣੀ ਲਗਾਈਏ ਔਰ ਆਪਾਂ ਇੱਕ achhi پیداوار ਲੈਣ ਦੀ ਕੋਸ਼ਿਸ਼ ਕਰੀਏ ਸੋ ਕਿਸਾਨ ਵੀਰੋ ਦੂਸਰੀ ਪਾਸ਼ੀ ਜਿਹੜੀ ਆ ਉਹ 28 ਦਿਨ ਦੇ ਅੰਦਰ ਅੰਦਰ ਕਰ ਦਿਓ ਔਰ ਇਹਦੇ ਨਾਲ ਆਪਣੀ ਯੂਰੀਆ ਵਾ ਮਤਲੂਬਾ ਮਿqdaਰ ਉਹ ਵੀ ਦੇ ਦਿਓ ਤਾਂ ਕਿ ਆਪਣੀ ਜਿਹੜੀ ਫਸਲ ਆ ਉਹ ਟੇਲਰ ਸਾਜ਼ੀ ਮੁਕੰਮਲ ਕਰਕੇ ਅਗਲੀ ਸਟੇਜ ਤੇ ਜਾਵੇ ਔਰ ਆਪਾਂ ਦੂਸਰੀ ਪਾਣੀ ਤੋਂ ਬਾਅਦ ਬੱਤਰ ਹੱਲੇ ਦੇ ਵਿੱਚ ਆਪਾਂ ਜਿਹੜੀ ਬੂਟੀ ਮਾਰਜ਼ਿਆ ਦੇ ਦਾ ਇਸਤੇਮਾਲ ਵੀ ਕਰ ਸਕੀ। ਸ਼ੁਕਰੀਆ।